ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ 16 ਅਪ੍ਰੈਲ ਨੂੰ ਇਹ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਘੱਟੋ ਘੱਟ CRS ਸਕੋਰ 417 ਤੱਕ ਰਿਹਾ ਇਸ ਵਾਰ ਇਮੀਗ੍ਰੇਸ਼ਨ ਵਿਭਾਗ ਨੇ 6000 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਨੇ PR ਦੇ ਵਾਸਤੇ ਇਹ ਵਾਲਾ ਡਰਾਅ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ ਸੀ ਯਾਨੀ ਕਿ ਉਹ ਵਿਅਕਤੀ ਜਿਨ੍ਹਾਂ ਦਾ ਕੈਨੇਡਾ ਵਿੱਚ ਕੰਮ ਕਰਨ ਦਾ ਕਟੋਕਟ ਇੱਕ ਸਾਲ ਦਾ అనుభవ ਹੈ ਤੇ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਅਧੀਨ ਫਾਈਲਾਂ ਲਾਈਆਂ ਹੋਈਆਂ ਸਨ ਤਾਂ ਉਹਨਾਂ ਨੂੰ ਪੀਆਰ ਦੇ ਵਾਸਤੇ ਇਨਵੀਟੇਸ਼ਨ ਗਏ ਨੇ ਜੋ ਆਖਰੀ ਵਾਰ ਐਕਸਪ੍ਰੈਸ ਐਂਟਰੀ ਦੇ ਅਧੀਨ ਸੀਜ਼ ਸੀ ਕਲਾਸ ਵਾਲਿਆਂ ਦਾ ਹੀ ਡਰਾ ਨਿਕਲਿਆ ਸੀ ਉਸ ਤੇ ਵਿੱਚ 5000 ਜਣਿਆਂ ਨੂੰ ਇਨਵੀਟੇਸ਼ਨ ਗਏ ਸੀ ਪੀਆਰ ਦੇ ਵਾਸਤੇ ਤੇ ਇਸ ਵਾਰ 1000 ਜ਼ਿਆਦਾ ਵਿਅਕਤੀਆਂ ਨੂੰ ਇਨਵੀਟੇਸ਼ਨ ਗਏ ਨੇ ਤੇ ਘੱਟੋ ਘੱਟ ਸਕੋਰ ਹੈ ਜੋ ਸੀਆਰਐਸ ਉਸਦੇ ਵਿੱਚ ਵੀ 15 ਤੱਕ ਪੁਆਇੰਟ ਹੀਟਾ ਆਏ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਇਹ ਡਰਾ ਕੱਢਿਆ ਗਿਆ ਜਿਸ ਦੇ ਵਿੱਚ ਹੁਣ ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ ਉਹ ਅੱਗੇ ਆਪਣੀ ਅਰਜ਼ੀ ਲਗਾ ਸਕਦੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਡਾਕੂਮੈਂਟ ਜਮ੍ਹਾਂ ਕਰਵਾਉਣੇ ਪੈਣਗੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਪੀਆਰ ਦੀ ਪ੍ਰਕਿਰਿਆ ਜੋ ਉਹ ਸ਼ੁਰੂ ਹੋ ਜਾਵੇਗੀ ਇਸ ਵਾਰ ਪੀਆਰ ਦੇ ਵਾਸਤੇ ਇਨਵੀਟੇਸ਼ਨ ਉਹਨਾਂ ਵਿਅਕਤੀਆਂ ਨੂੰ ਗਏ ਨੇ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਦੇ ਵਾਸਤੇ ਜੋ ਆਪਣੀ ਫਾਈਲ ਹੈ ਉਹ 1 ਮਾਰਚ 2021 ਤੋਂ ਪਹਿਲਾਂ ਲਗਾ ਦਿੱਤੀ ਸੀ ਜੋ ਘੱਟੋ-ਘੱਟ 417 CRS ਸਕੋਰ ਗਿਆ ਉਸ ਮੁਤਾਬਕ ਇਨਵੀਟੇਸ਼ਨ ਗਏ ਨੇ ਇਸ ਸਾਲ 2021 ਵਿੱਚ ਹੁਣ ਤੱਕ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ 55390 ਵਿਅਕਤੀਆਂ ਨੂੰ ਐਕਸਪ੍ਰੈਸ ਐਂਟਰੀ ਦੇ ਅਧੀਨ ਪੀਆਰ ਦੇ ਵਾਸਤੇ ਇਨਵੀਟੇਸ਼ਨ ਭੇਜ ਚੁੱਕਿਆ ਹੈ ਇਸ ਗਿਣਤੀ ਦੇ ਵਿੱਚ ਵੱਡਾ ਵਾਧਾ ਫਰਵਰੀ 13 ਨੂੰ ਹੋਇਆ ਸੀ ਜਦੋਂ 27000 ਤੋਂ ਵੱਧ ਵਿਅਕਤੀਆਂ ਨੂੰ ਇੱਕੋ ਵਾਰ ਵਿੱਚ ਪੀਆਰ ਦੇ ਲਈ ਇਨਵੀਟੇਸ਼ਨ ਗਏ ਸਨ ਜਦੋਂ ਸੀਈਸੀ ਕੈਂਡੀਡੇਟਸ ਦੇ ਵਾਸਤੇ ਜੋ ਸਕੋਰ ਹੈ ਘੱਟੋ-ਘੱਟ 75 ਤੱਕ ਹੀ ਰਹਿ ਗਿਆ ਸੀ ਜਿਵੇਂ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਤਹਿਤ ਹੁਣ ਇਹ ਡਰਾਅ ਕੱਢੇ ਜਾ ਰਹੇ ਨੇ ਉਸ ਦੇ ਵਿੱਚ CEC ਕਲਾਸ ਵਾਲਿਆਂ ਵਾਸਤੇ ਹੀ ਜਾਂ ਫਿਰ PNP ਵਾਲਿਆਂ ਵਾਸਤੇ ਕੱਢੇ ਜਾ ਰਹੇ ਨੇ ਦਰਅਸਲ ਜਦੋਂ ਤੋਂ ਸਾਲ 2021 ਸ਼ੁਰੂ ਹੋਇਆ ਹੈ IEC ਕਲਾਸ ਜੋ ਕਿ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਹੈ ਉਹਨਾਂ ਦੇ ਵਾਸਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਕੋਈ ਵੀ ਡਰਾਅ ਹਜੇ ਨਹੀਂ ਨਿਕਲਿਆ ਕਿਉਂਕਿ ਇਸ ਮੌਕੇ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਪੱਕੇ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਜਿਹੜੇ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ ਇਹੋ ਕਾਰਨ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਨਵੇਂ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ ਹੈ ਉਹ ਇਸੇ ਮੁਤਾਬਕ ਹੈ ਕਿ ਜਿਨ੍ਹਾਂ ਦੇ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ అనుభవ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਮੌਕਾ ਮਿਲੇ ਕਿ ਉਹ ਕੈਨੇਡਾ ਦੀ ਪੀਆਰ ਲੈ ਸਕਣ ਜੋ ਉਹਨਾਂ ਦੇ ਵੱਲੋਂ ਪ੍ਰਵਾਸੀਆਂ ਦਾ ਸਵਾਗਤ ਕਰਨ ਦੇ ਬਾਰੇ ਟੀਚਾ ਰੱਖਿਆ ਗਿਆ ਹੈ ਉਸ ਟੀਚੇ ਨੂੰ ਪੂਰਾ ਕਰਨ ਦੇ ਵਾਸਤੇ ਇੱਥੇ ਵੀ ਦੱਸਣ ਯੋਗ ਹੈ ਕਿ ਵੱਖ-ਵੱਖਰੇ ਜੋ ਸੂਬੇ ਨੇ ਇਸ ਸਮੇਂ ਪੀਐਨਪੀ ਦੇ ਜੋ ਡਰਾਅ ਨਿਕਲ ਰਹੇ ਨੇ ਉਸ ਦੇ ਵਿੱਚ ਵੀ ਕਈ ਸੂਬਿਆਂ ਦੇ ਵੱਲੋਂ ਪਹਿਲ ਉਹਨਾਂ ਨੂੰ ਹੀ ਦਿੱਤੀ ਜਾ ਰਹੀ ਹੈ ਪੀਐਨਪੀ ਦੇ ਡਰਾਅ ਦੇ ਵਿੱਚ ਵੀ ਜਿਨ੍ਹਾਂ ਦੇ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ అనుభవ ਹੈ ਯਾਨੀ ਕਿ ਜਿਹੜੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਮੌਜੂਦ ਨਹੀਂ ਕਿਉਂਕਿ ਟਰੈਵਲ ਨੂੰ ਲੈ ਕੇ ਰੋਕ ਲੱਗੀ ਹੋਈ ਹੈ ਤਾਂ ਇਸ ਮੌਕੇ ਬਾਹਰਲੇ ਮੁਲਕਾਂ ਤੋਂ ਜ਼ਿਆਦਾਤਰ ਪ੍ਰਵਾਸੀ ਨੇ ਜੋ ਉਹ ਕੈਨੇਡਾ ਵਿੱਚ ਨਹੀਂ ਆ ਸਕਦੇ ਜਿਸ ਕਰਕੇ ਪੈਲ ਦੇ ਆਧਾਰ ਦੇ ਉੱਤੇ ਉਹਨਾਂ ਦੇ ਵਾਸਤੇ 에어ਡ੍ਰੌਪਡੇ ਜਾ ਰਹੇ ਨੇ ਜਿਹੜੇ ਕਿ ਪਹਿਲਾਂ ਤੋਂ ਹੀ ਇੱਥੇ ਮੌਜੂਦ ਹੋਣ